ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਰਵੱਈਏ ਤੋਂ ਅਫਸਰਾਂ ਤੋਂ ਜ਼ਿਆਦਾ ਅਕਾਲੀ ਗੁੱਸੇ ਵਿਚ ਦਿਖਾਈ ਦਿੱਤੇ, ਜਿੱਥੇ ਅਕਾਲੀ ਨੇਤਾ HS ਵਾਲੀਆ ਨੇ ਸਪੋਰਟਸ ਮਾਰਕੀਟ ਵਿਚ ਭਾਰਤ ਭੂਸ਼ਣ ਦਾ ਪੁਤਲਾ ਸਾੜਿਆ। ਇਸ ਮੌਕੇ ਵਾਲੀਆ ਨੇ ਕਿਹਾ ਕਿ ਕੈਪਟਨ ਤਤਕਾਲ ਆਸ਼ੂ ਨੂੰ ਅਹੁਦੇ ਤੋਂ ਬਰਖਾਸਤ ਕਰੇ, ਕਿਉਂਕਿ ਜੋ ਨੇਤਾ ਅਫਸਰਾਂ ਨੂੰ ਇੱਜ਼ਤ ਨਹੀਂ ਦੇ ਸਕਦਾ ਉਹ ਜਨਤਾ ਦੀ ਸੇਵਾ ਕੀ ਕਰੇਗਾ।